पिछले नवे तो पहला जो पिछली बार ये सौनी से साडा ही कब्जा सी इन्हें बलबीर सिंह ने पैसे दे के तहसीलदारों कानूनों पैसे दे के पटा जो वक्त बोर्ड का पटा से अपने नाम करवा लिया साढ़े ना पहला भी पुलिस प्रशासन ने धक्का किया हूँ भी पुलिस प्रशासन ही धक्का कर फिरता है बलबीर सिंह आप एक सीधा आके मिले सानू जे ओहदे च कोई दामा ना जां कोई जुर्त रखदा हो जथेदार वाली तौरे आके अपना वचन करे असीं उहनूं सौणी छड देंगे ਉਹਦੀ ਫੌਜ ਨੂੰ ਵੀ ਸਾਡੀ ਬੇਨਤੀ ਕਰਦੇ ਆ ਵੀ ਜੇ ਤੁਹਾਡੇ ਚ ਕੋਈ ਜੁਰਤ ਵਾਲੀ ਗੱਲ ਹੈਗੀ ਆ ਤੁਸੀਂ ਮਿਲੋ ਪੁਲਿਸ ਨੂੰ ਸਾਈਡ ਤੇ ਕਰੋ ਕੋਈ ਮੈਦਾਨ ਤੈਅ ਕਰੋ ਪੁਲਿਸ ਪ੍ਰਸ਼ਾਸਨ ਉਹਦੇ ਵੱਲ ਜ਼ਿਆਦੇ ਆ ਇਸ ਕਰਕੇ ਉਹ ਪਹਿਲਾਂ ਵੀ ਉਹਨੇ ਇਹ ਪੁਲਿਸ ਪ੍ਰਸ਼ਾਸਨ ਦੇ ਨਾਲ ਹੀ ਕਬਜ਼ਾ ਲਿਆ ਸੀ ਆਪ ਨਹੀਂ ਆ ਸਕਦਾ ਨਾ ਇਹਨਾਂ ਤੇ ਦੀ ਜੁਰਤ ਆ ਵੀ ਉਹ ਆਪ ਆ ਕੇ ਕਬਜ਼ਾ ਲੈਣਾ ਸਾਡੀ ਨਾ ਪੁਲਿਸ ਨਾਲ ਦੁਸ਼ਮਣੀ ਆ ਨਾ ਕਿਸੇ ਸਰਕਾਰ ਨਾਲ ਸਰਕਾਰ ਨੂੰ ਗਾਲੀ ਅਸੀਂ ਠੋਕੇ ਵਜਨ ਕਹਿੰਦੇ ਆ ਵੀ ਸਾਡੀ ਲੜਾਈ ਦੇ ਵਿੱਚ ਪਰਾਂ ਹਰ ਜੋਗੇ ਇੱਕ ਵਾਰ ਸਾਨੂੰ ਇਹਨਾਂ ਨਾਲ ਨਿਬੜਨਾ ਹੁੰਦਾ ਜਾਂ ਫਿਰ ਸਾਡੀਆਂ ਸੌਣੀਆਂ ਛੱਡ ਦੇ ਪਹਿਲਾਂ ਇੱਥੇ ਕਬਜ਼ਾ ਕੀਤਾ ਫਿਰ ਲੱਕੀ ਜੰਗਲ ਵੀ ਇਹਨੇ ਕਬਜ਼ਾ ਕੀਤਾ ਪੰਜਾਬ ਡੀਜੀਪੀ ਨੂੰ ਵੀ ਇਹ ਗੱਲ ਕਹਿੰਦੇ ਆ ਅਸੀਂ ਵੀ ਪਹਿਲਾਂ ਤਾਂ ਤੁਹਾਡੀ ਪੁਲਿਸ ਸਾਡੇ ਤੇ ਝੂਠੇ ਪਰਚੇ ਪਾਉਂਦੀ ਆ ਫਿਰ ਸਾਡੇ ਦੋ ਦੋ ਚਾਰ ਚਾਰ ਸਿੰਘ ਚੱਕ ਕੇ ਜੇਲ੍ਹਾਂ 'ਚ ਦਿੰਦੇ ਹੋ ਯਾਰ ਮਾਇਆ ਪਿੱਛੇ ਲੜਦੇ ਹੋ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਸਿੰਘ ਸਾਹਿਬਾਨ ਜਥੇਦਾਰ ਬਾਬਾ ਮਾਨ ਸਿੰਘ ਜੀ ਅਕਾਲੀ 96 ਕਰੋੜੀ ਜੋ ਮੌਜੂਦਾ ਮੁਖੀ ਨੇ ਬੁੱਢੇ ਦਲ ਦੇ ਜਥੇਦਾਰ ਨੇ ਪਿਛਲੇ ਲੰਮੇ ਸਮੇਂ ਤੋਂ ਇਹ ਸੌਣੀ ਬਾਬਾ ਚੇਤ ਸਿੰਘ ਜੀ ਬਾਬਾ ਚੇਤ ਸਿੰਘ ਤੋਂ ਬਾਅਦ ਬਾਬਾ ਸੰਤਾ ਸਿੰਘ ਜੀ ਬਾਬਾ ਸੰਤਾ ਸਿੰਘ ਤੋਂ ਬਾਬਾ ਸਰਜੀਤ ਸਿੰਘ ਜੀ ਫਿਰ ਬਾਬਾ ਪ੍ਰੇਮ ਸਿੰਘ ਜੀ ਹੁਣ ਮੌਜੂਦਾ ਜਥੇਦਾਰ ਨੇ ਜਿਹੜੇ ਬਾਬਾ ਮਾਨ ਸਿੰਘ ਜੀ 96 ਕਰੋੜੀ ਮੌਜੂਦ ਨੇ ਪਿਛਲੇ ਲੰਮੇ ਤੋਂ ਪਹਿਲਾਂ ਜਦੋਂ ਪਿਛਲੀ ਵਾਰ ਇਹ ਸੌਣੀ ਤੇ ਸਾਡਾ ਹੀ ਕਬਜ਼ਾ ਸੀ ਇਹਨਾਂ ਨੇ ਕੀ ਕਰਿਆ ਇਹ ਪੁਲਿਸ ਪ੍ਰਸ਼ਾਸਨ ਇੱਕ SHO ਇਹਦਾ ਨਾਮ ਸਰਬਜੀਤ ਸਿੰਘ ਇੱਕ DSP ਬੱਲ ਇਹ ਇਹਨਾਂ ਨੇ ਇਕੱਠੇ ਹੋ ਕੇ ਬਲਵੀਰ ਸਿੰਘ ਤੋਂ ਪੈਸੇ ਲੈ ਕੇ ਤੇ ਇੱਥੇ ਨਾ ਸਾਡੇ ਸਿੰਘ ਆਪਸ ਵਿੱਚ ਕੋਈ ਗੱਲਬਾਤ ਹੋ ਗਈ ਉਹ ਸਿੰਘ ਚੜ੍ਹਾਈ ਕਰ ਗਿਆ ਉਹ 302 ਦਾ ਪਰਚਾ ਬਾਬਿਆਂ ਤੇ ਦਰਜ ਕਰਕੇ ਤੇ ਬਾਬਿਆਂ ਤੇ ਫੌਜਾਂ ਤੇ ਦਰਜ ਕਰਕੇ ਸਾਡੀਆਂ ਫੌਜਾਂ ਨੂੰ 302 ਦੇ ਪਰਚੇ ਦੇ ਅੰਦਰ ਕਰਕੇ ਉਸ ਦਾ ਕਬਜ਼ਾ ਕਰ ਲਿਆ ਸੀ ਜਦੋਂ ਕਬਜ਼ਾ ਕਰਿਆ ਇਹਨਾਂ ਨੇ ਉਸ ਤੋਂ ਬਾਅਦ ਅਸੀਂ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਸੀ ਉਸ ਤੋਂ ਬਾਅਦ ਸਮਾਂ ਚੱਲਦਾ ਗਿਆ ਅਸੀਂ ਪ੍ਰਸ਼ਾਸਨ ਨਾਲ ਵੀ ਗੱਲ ਕੀਤੀ ਤੇ ਉਸ ਤੋਂ ਬਾਅਦ ਹੀ ਕਿਸਾਨੀ ਮੋਰਚਾ ਲੱਗ ਗਿਆ ਦਿੱਲੀ ਦੀ ਧਰਤੀ ਤੇ ਸਾਰੀ ਸੰਗਤ ਨੂੰ ਪਤਾ ਹੀ ਆ ਵੀ ਅਸੀਂ ਲੰਮੇ ਸਮੇਂ ਤੋਂ ਬਾਬਾ ਮਾਨ ਸਿੰਘ ਜੀ ਤੇ ਅਸੀਂ ਆਪ ਵੀ ਉੱਥੇ ਦਿੱਲੀ ਕਿਸਾਨੀ ਦੇ ਮੋਰਚੇ ਤੇ ਅਸੀਂ ਤਕਰੀਬਨ 14 ਮਹੀਨੇ ਬੈਠੇ ਰਹੇ ਹਾਂ ਸਾਡਾ ਕੋਈ ਕਿਸੇ ਨਾਲ ਵਿਚਾਰ ਨਹੀਂ ਹੋਇਆ ਤੇ ਬਾਬਿਆਂ ਨੂੰ ਗੁਰਮਤਾ ਹੁੰਦਾ ਰਹਿੰਦਾ ਸੀ ਵੀ ਬਾਬਾ ਜੀ ਜਿਹੜੀ ਆਪਣੀ ਸੌਣੀ ਹੈ ਵੀ ਉਹਦਾ ਹੁਣ ਕੀ ਬਣੂਗਾ ਬਾਬੇ ਕਹਿੰਦੇ ਵੀ ਪਹਿਲਾਂ ਆਪਾਂ ਸੰਗਤ ਲਈ ਜ਼ਰੂਰ ਸੋਚਣਾ ਹੈ ਵੀ ਸੰਗਤ ਬਾਰੇ ਆਪਾਂ ਆਪਣਾ ਕਾਰਜ ਬਾਅਦ 'ਚੋਂ ਦੇਖਾਂਗੇ ਵੀ ਪਹਿਲਾਂ ਜੀ ਆਪਣੇ ਪਿੰਡਾਂ ਦੇ ਵਿੱਚ ਸਾਡੇ ਘੋੜੇ ਚੱਕਰਵਰਤੀ ਰਹਿੰਦੇ ਆ ਜਿਹੜੇ ਕਿਸਾਨ ਨੇ ਕਿਉਂ ਇਹ ਇੱਕ ਅੰਨਦਾਤਾ ਜੇ ਇਹਨਾਂ ਲਈ ਨਿਹੰਗ ਸਿੰਘ ਨਹੀਂ ਖੜਨਗੇ ਤੇ ਹੋਰ ਫਿਰ ਕਿਸੇ ਨੇ ਨਹੀਂ ਖੜਨਾ ਤੇ ਇਸ ਕਰਕੇ ਉਹ ਲੰਮਾ ਸਮਾਂ ਸਾਨੂੰ 14 ਮਹੀਨੇ ਉਸ ਧਰਤੀ ਤੇ ਦਿੱਲੀ ਦੀ ਧਰਤੀ ਤੇ ਮੋਰਚਾ ਫਤਿਹ ਕਰਕੇ ਉਸ ਤੋਂ ਬਾਅਦ ਅਸੀਂ ਤੁਰੇ ਹਾਂ ਤੇ ਹੁਣ ਸਾਡਾ ਜੋੜ ਮੇਲਾ ਸੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਗੁਰਪੁਰਬ ਦੇ ਅਸੀਂ ਮੁੱਖ ਰੱਖਦੇ ਸੀ ਆਪਣੀ ਸੌਣੀ 'ਚ ਆਉਣਾ ਹੀ ਸੀ ਆਉਣਾ ਤੇ ਹੁਣ ਅਸੀਂ ਆ ਕੇ ਬਹਿ ਗਏ ਇੱਥੇ ਸੌਣੀ ਦੇ ਵਿੱਚ ਬਗੈਦਾ ਇਹਦਾ ਸਟੇ ਵੀ ਸਾਡੇ ਨਾਂ ਸੀ ਸਾਡੇ ਪੇਪਰ ਪੂਪਰ ਵੀ ਸਾਰੇ ਕਲੀਅਰ ਪਰ ਉਹ ਗੱਲ ਕੀ ਹੋਈ ਤੇ ਇਹਨੇ ਬਲਵੀਰ ਸਿੰਘ ਨੇ ਪੈਸੇ ਦੇ ਕੇ ਤਹਿਸੀਲਦਾਰਾਂ ਨੂੰ ਕਾਨੂੰਗਾਂ ਨੂੰ ਪੈਸੇ ਦੇ ਕੇ ਉਹ ਪਟਾ ਜਿਹੜਾ ਵਕ ਬੋਰਡ ਦਾ ਪਟਾ ਸੀ ਉਹ ਆਪਣੇ ਨਾਂ ਕਰਵਾ ਲਿਆ ਜਦੋਂ ਆਪਣੇ ਨਾਂ ਕਰਵਾ ਲਿਆ ਤੇ ਬਾਬਾ ਲਾਲ ਸਿੰਘ ਜੀ ਮਹੰਤ ਨੇ ਇੱਥੇ ਦੇ ਜੋ ਇਸ ਸੌਣੀ ਦੇ ਮਹੰਤ ਸੀ ਬਾਬਾ ਲਾਲ ਸਿੰਘ ਜੀ ਅੱਜ ਕੱਲ੍ਹ ਉਹ ਕਪੂਰਥਲੇ ਰਹਿ ਰਹੇ ਨੇ ਤੇ ਉਹਨਾਂ ਨਾਲ ਵੀ ਸਾਡਾ ਵਚਨ ਹੋਇਆ ਉਹ ਕਹਿੰਦੇ ਵੀ ਜਿਹੜਾ ਪਟਾ ਆਪਾਂ ਕਰਵਾਇਆ ਸੀ ਉਹਦੇ ਜਿੰਨੇ ਵੀ ਪੈਸੇ ਅਸੀਂ ਤਾਰੇ ਹੋਏ ਆ ਪਰ ਬਚਨੇ ਆ ਵੀ ਮੌਕੇ ਦੀਆਂ ਸਰਕਾਰਾਂ ਸਾਡੇ ਨਾਲ ਪਹਿਲਾਂ ਵੀ ਪੁਲਿਸ ਪ੍ਰਸ਼ਾਸਨ ਨੇ ਧੱਕਾ ਕੀਤਾ ਹੁਣ ਵੀ ਪੁਲਿਸ ਪ੍ਰਸ਼ਾਸਨ ਹੀ ਧੱਕਾ ਕਰਨ ਨੂੰ ਫਿਰਦਾ ਅਸੀਂ ਸਰਕਾਰ ਨੂੰ ਵੀ ਤੇ ਭਗਵੰਤ ਮਾਨ ਮੁੱਖ ਮੰਤਰੀ ਨੂੰ DGP ਪੰਜਾਬ ਨੂੰ ਵੀ ਬੇਨਤੀ ਕਰਦੇ ਹਾਂ ਵੀ ਬਲਵੀਰ ਸਿੰਘ ਆਪ ਇੱਕ ਸਿੱਧਾ ਆ ਕੇ ਮਿਲੇ ਸਾਨੂੰ ਜੇ ਉਹਦੇ 'ਚ ਕੋਈ ਦਾਮਾ ਨਾ ਜਾਂ ਕੋਈ ਜੁਰਤ ਰੱਖਦਾ ਉਹ ਜਥੇਦਾਰ ਵਾਲੀ ਤਾਂ ਉਰੇ ਆ ਕੇ ਸਾਡੇ ਨਾਲ ਵਚਨ ਕਰੇ ਅਸੀਂ ਉਹਨੂੰ ਸੌਣੀ ਛੱਡ ਦਿਆਂਗੇ ਉਹ ਬਾਬਿਆਂ ਤੋਂ ਮਾਫੀ ਮੰਗ ਲਿਆ ਉਹਦੇ ਚਾਚੇ ਤੋਂ ਮਾਫੀ ਮੰਗ ਲਿਆ ਕੇ ਉਹ ਭਾਵ ਕਿ ਜੇ ਕੱਲ ਨੂੰ ਪੁਲਿਸ ਚਾਹੁੰਦੀ ਹੈ ਵੀ ਹਾਂ ਅਸੀਂ ਇੱਥੇ ਧੱਕਾ ਕਿਸੇ ਵੀ ਕਿਸਮ ਦਾ ਹੀ ਧੱਕਾ ਨਹੀਂ ਹੋਣ ਦੇਵਾਂਗੇ ਭਾਵੇਂ ਸਾਡੀਆਂ ਇੱਥੇ ਸ਼ਹੀਦੀਆਂ ਆਉਣ ਅਸੀਂ ਆਪਣਾ ਹੱਕ ਕਦੇ ਵੀ ਨਹੀਂ ਛੱਡਾਂਗੇ ਅਸੀਂ ਜ਼ਿੰਦਗੀ 'ਚ ਅੱਜ ਤੱਕ ਨਾ ਕਿਤੇ ਕਬਜ਼ਾ ਕੀਤਾ ਸੰਗਤ ਇਸ ਗੱਲ ਦੀ ਗਵਾਹ ਹੈ ਨਾ ਅਸੀਂ ਕਬਜ਼ਾ ਕੀਤਾ ਤੇ ਨਾ ਕੋਈ ਹੋਰ ਵੀ ਸਾਨੂੰ ਇਸ ਇਲਾਕੇ ਦੇ ਵਿੱਚ ਕਹਿ ਨਹੀਂ ਸਕਦਾ ਤੁਸੀਂ ਇੱਥੇ ਇਲਾਕੇ 'ਚ ਪੁੱਛ ਸਕਦੇ ਹੋ ਇਹ ਦੁਕਾਨਾਂ 'ਚ ਪੁੱਛ ਸਕਦੇ ਹੋ ਵੀ ਲੰਮਾ ਸਮਾਂ ਕਿਹਨਾਂ ਦਾ ਕਬਜ਼ਾ ਰਿਹਾ ਕਿਹਨਾਂ ਦੀ ਸੌਣੀ ਹੈ ਤੇ ਉਸ ਤੋਂ ਬਾਅਦ ਸਾਡਾ ਇਹ ਹਾਲ ਬਣਿਆ ਹੋਇਆ ਲੰਗਰ ਹਾਲ ਦਾ ਅਸੀਂ ਇੱਥੇ 14 ਤੋਂ 15 ਲੱਖ ਰੁਪਇਆ ਲਾਇਆ ਉਹਦੀ ਵੀ ਗਵਾਹੀ ਅਸੀਂ ਤੁਹਾਨੂੰ ਦਿਵਾ ਸਕਦੇ ਹਾਂ ਸਾਡੇ ਕੋਲ ਇਸ ਪ੍ਰੂਫ ਨੇ ਇਸ ਚੀਜ਼ ਦੇ ਵੀ ਹਾਂ ਇਹ ਸੌਣੀ ਸਾਡੀ ਸੀ ਪਰ ਭਾਵ ਕੀ ਹੋਇਆ ਜਦੋਂ ਪੁਲਿਸ ਪ੍ਰਸ਼ਾਸਨ ਦੇ ਨਾਲ ਬਲਵੀਰ ਸਿੰਘ ਰਲ ਕੇ ਤੇ ਫਿਰ ਕਬਜ਼ੇ ਕਰਦਾ ਤੇ ਕਦੇ ਬਾਬਿਆਂ ਨੂੰ ਮਾੜਾ ਚੰਗਾ ਕਹਿੰਦਾ ਇਹ ਕਦੇ ਵੀ ਸਿਆਹ ਨਹੀਂ ਜਾਊਗਾ ਤੇ ਉਹਦੀ ਫੌਜ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਵੀ ਜੇ ਤੁਹਾਡੇ 'ਚ ਕੋਈ ਜੁਰਤ ਵਾਲੀ ਗੱਲ ਹੈਗੀ ਆ ਤੁਸੀਂ ਮਿਲੋ
ਪੁਲਿਸ ਨੂੰ ਸਾਈਡ ਤੇ ਕਰੋ ਤੁਸੀਂ ਮੈਦਾਨ ਤੈਅ ਕਰੋ ਅਸੀਂ ਆਵਾਂਗੇ ਨਹੀਂ ਤੁਸੀਂ ਦੱਸੋ ਅਸੀਂ ਕਿੱਥੇ ਆਈਏ ਨਹੀਂ ਤੁਸੀਂ ਦੱਸੋ ਅਸੀਂ ਕਿੱਥੇ ਆਈਏ ਅੱਜ ਤੁਹਾਡੇ ਕੋਈ ਸਿੰਘ ਰਾਸ਼ਟਰ ਵੀ ਕਿੱਥੇ ਗਿਆ ਪੁਲਿਸ ਦੇਖੋ ਇਹ ਪੁਲਿਸ ਪ੍ਰਸ਼ਾਸਨ ਦੀ ਪਹਿਲਾਂ ਵੀ ਇਹੀ ਕਰਦੇ ਰਹੇ ਆ ਪਹਿਲਾਂ ਵੀ ਸਾਡੇ ਪੰਜ ਪੰਜ ਦੋ ਦੋ ਸਿੰਘ ਚੱਕਦੇ ਰਹੇ ਨੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਵੀ ਤੁਸੀਂ ਜਿਹੜਾ ਕਾਨੂੰਨੀ ਪੱਖ ਉਹ ਵੀ ਵੇਖੋ ਸੱਚਾਈ ਦੇ ਤੁਸੀਂ ਦੇਖੋ ਡਿਊਟੀਆਂ ਕਰਦੇ ਹੋ ਤੁਹਾਡੇ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ ਹੈਗੀ ਪਰ ਤੁਸੀਂ ਸੱਚਾਈ ਦਾ ਸਾਥ ਦਿਓ ਨਿਹੰਗਾ ਸਿੰਘਾਂ ਦੀ ਆਪਸ ਵਿੱਚ ਸਾਡੀ ਆਪਸ ਵਿੱਚ ਉਹਨਾਂ ਨਾਲ ਗੱਲਬਾਤ ਹੈਗੀ ਉਹ ਸਾਡੇ ਨਾਲ ਬਹਿ ਕੇ ਗੱਲ ਕਰ ਲੇ ਪਰ ਪੁਲਿਸ ਪ੍ਰਸ਼ਾਸਨ ਉਹਦੇ ਵੱਲ ਜ਼ਿਆਦੇ ਹੈ ਇਸ ਕਰਕੇ ਉਹ ਪਹਿਲਾਂ ਵੀ ਉਹਨੇ ਇਹ ਪੁਲਿਸ ਪ੍ਰਸ਼ਾਸਨ ਦੇ ਨਾਲ ਹੀ ਕਬਜ਼ਾ ਲਿਆ ਸੀ ਆਪ ਨਹੀਂ ਆ ਸਕਦਾ ਉਹ ਨਾ ਇਹਨਾਂ 'ਚ ਇੱਡੀ ਜ਼ੁਰਤ ਆ ਵੀ ਉਹ ਆਪ ਆ ਕੇ ਕਬਜ਼ਾ ਲੈਣਾ ਜੇ ਆ ਜਾਣਗੇ ਫਿਰ ਉਹ ਅਸੀਂ ਵੇਖ ਲਾਂਗੇ ਮੌਕੇ ਤੇ ਪਰ ਪੁਲਿਸ ਨੂੰ ਅਸੀਂ ਬੇਨਤੀ ਕਰਨਾ ਚਾਹੁੰਦੇ ਹਾਂ ਵੀ ਭਾਈ ਨਿਹੰਗਾ ਸਿੰਘਾਂ ਦੀ ਲੜਾਈ 'ਚ ਨਹੀਂ ਪਈਦਾ ਹੁੰਦਾ ਅਸੀਂ ਹੁਣ ਇਸ ਪੜਾ ਕਦੇ ਕਿਸੇ ਵੀ ਕੀਮਤ 'ਤੇ ਨਹੀਂ ਛੱਡਾਂਗੇ ਇਹ ਬਾਬਾ ਮਾਨ ਸਿੰਘ ਜੀ 96 ਕਰੋੜੀ ਦੀ ਸੌਣੀ ਹੈ ਬੁੱਢੇ ਦਲ ਦੀ ਸੌਣੀ ਹੈ ਫੌਜਾਂ ਦੀ ਸੌਣੀ ਹੈ ਸਾਡੀ ਨਾ ਪੁਲਿਸ ਨਾਲ ਦੁਸ਼ਮਣੀ ਹੈ ਨਾ ਕਿਸੇ ਸਰਕਾਰ ਨਾਲ ਸਰਕਾਰ ਨੂੰ ਵੀ ਗੱਲ ਅਸੀਂ ਠੋਕ ਕੇ ਵਜਨ ਕਹਿੰਦੇ ਹਾਂ ਵੀ ਸਾਡੀ ਲੜਾਈ ਦੇ ਵਿੱਚ ਪਰਾਂ ਹਟ ਜਾਓ ਤੁਸੀਂ ਇੱਕ ਵਾਰ ਸਾਨੂੰ ਇਹਦੇ ਨਾਲ ਨਿਬੜ ਲਾਣ ਦਿਓ ਜਾਂ ਫਿਰ ਸਾਡੀਆਂ ਸੌਣੀਆਂ ਛੱਡ ਦੇ ਪਹਿਲਾਂ ਇੱਥੇ ਕਬਜ਼ਾ ਕੀਤਾ ਫਿਰ ਲੱਖੀ ਜੰਗਲ ਵੀ ਇਹਨੇ ਕਬਜ਼ਾ ਕੀਤਾ ਸਾਡੇ ਬਾਬੇ ਆ ਜਿਹੜੇ ਬਾਬਾ ਮਾਨ ਸਿੰਘ ਜੀ ਉਹ ਸਾਡੀ ਤਾਂ ਕੋਈ ਸਾਧੂ ਨੇ ਉਹ ਕਿਸੇ ਨੂੰ ਨਹੀਂ ਕਹਿੰਦੇ ਸਾਰੀ ਸੰਗਤ ਨੂੰ ਪਤਾ ਉਹਨਾਂ ਬਾਰੇ ਪਰ ਅਸੀਂ ਸੰਗਤ ਨੂੰ ਵੀ ਬੇਨਤੀ ਕਰਦੇ ਹਾਂ ਵੀ ਕਿਸਾਨ ਵੀਰੋ ਅਸੀਂ ਤੁਹਾਡੇ ਲਈ ਦਿੱਲੀ ਤੁਹਾਡੀ ਧਰਤੀ ਤੇ ਤੁਹਾਡੇ ਲਈ ਲੜੇ ਹਾਂ ਅੱਜ ਕੱਲ ਨੂੰ ਤੁਸੀਂ ਕਹਿਣਾ ਵੀ ਨਿਹੰਗ ਸਿੰਘ ਇੱਥੇ ਲੜਾਈਆਂ ਕਰਦੇ ਆ ਅੱਜ ਸੱਚਾਈ ਦੇ ਪਾਤਰ ਹੋ ਕੇ ਤੁਸੀਂ ਸੁਲਤਾਨਪੁਰ ਦੀ ਧਰਤੀ ਤੇ ਪਹੁੰਚ ਬਾਬਾ ਸਰਜੀਤ ਸਿੰਘ ਜੀ ਦੀ ਫੌਜ ਆ ਉਹਨੂੰ ਵੀ ਬੇਨਤੀ ਆ ਵੀ ਤੁਸੀਂ ਭਾਈ ਸਾਰੇ ਤਕੜੇ ਹੋ ਕੇ ਇੱਥੇ ਪਹੁੰਚੋ ਸੁਲਤਾਨਪੁਰ ਦੀ ਧਰਤੀ ਤੇ ਆਪਾਂ ਜੋੜ ਮੇਲ ਲਈਏ ਸਿੰਘ ਸਾਹਿਬਾਨ ਜਥੇਦਾਰ ਬਾਬਾ ਬਹਾਦਰ ਸਿੰਘ ਦੀ ਫੌਜ ਆ ਉਹ ਵੀ ਇੱਥੇ ਜ਼ਰੂਰ ਪਹੁੰਚੇ ਕਿਉਂ ਜਿਹੜਾ ਆਪਾਂ ਫੈਸਲਾ ਇਹ ਬਹਿ ਕੇ ਕਰੀਏ ਜੋ ਪੁਲਿਸ ਪ੍ਰਸ਼ਾਸਨ ਹੈ ਵੀ ਉਹ ਆਪਣਾ ਕੋਈ ਧੱਕਾ ਕਰਨ ਦੀ ਕਦੇ ਵੀ ਇਹ ਨਾਮੁਮਕਿਨ ਗੱਲ ਹੋ ਸਕਦੀ ਆ ਵੀ ਇਹ ਭੁਲੇਖਾ ਦੂਰ ਕਰ ਦੇਣ ਵੀ ਅਸੀਂ ਪੁਲਿਸ ਦੇ ਨਾਲ ਅਸੀਂ ਕਬਜ਼ਾ ਲੈ ਲਾਂਗੇ ਇਹ ਨਹੀਂ ਹੋ ਸਕਦਾ ਹੋਣਾ ਬਹਿ ਕੇ ਗੱਲ ਹੋ ਸਕਦੀ ਆ ਪਰ ਜੇ ਪੁਲਿਸ ਪ੍ਰਸ਼ਾਸਨ ਕਹੇ ਵੀ ਅਸੀਂ ਦਬਕਿਆਂ ਨਾਲ ਕੱਢ ਦਿਆਂਗੇ ਇਹ ਮਨ ਚੋਂ ਭੁਲੇਖਾ ਦੂਰ ਕਰਦੇ ਪੰਜਾਬ DGP ਨੂੰ ਵੀ ਇਹ ਗੱਲ ਕਹਿੰਦੇ ਆ ਅਸੀਂ ਵੀ ਪਹਿਲਾਂ ਤਾਂ ਤੁਹਾਡੀ ਪੁਲਿਸ ਸਾਡੇ ਤੇ ਝੂਠੇ ਪਰਚੇ ਪਾਉਂਦੀ ਆ ਫਿਰ ਸਾਡੇ ਦੋ ਦੋ ਚਾਰ ਚਾਰ ਸਿੰਘ ਚੱਕ ਕੇ ਜੇਲ੍ਹਾਂ 'ਚ ਦਿੰਦੇ ਹੋ ਯਾਰ ਮਾਇਆ ਪਿੱਛੇ ਲੜਦੇ ਹੋ ਜਿਹਦੇ ਗੁਰੂ ਨਾਨਕ ਪਾਤਸ਼ਾਹ ਦੀ ਧਰਤੀ ਤੇ ਬੈਠੇ ਆ ਇਹ ਤੋਂ ਡਰੋ ਡਿਊਟੀਆਂ ਕਿੰਨੀਆਂ ਕਰਾਈ ਗਈਆਂ ਡਿਊਟੀਆਂ ਤੁਹਾਡੀਆਂ ਕਿੰਨੇ 30 ਸਾਲ ਕਰ ਲਏ ਕਿ 32 ਸਾਲ ਹੋ ਜੂ 50 ਸਾਲ ਹੋ ਜੂ ਲੇਖਾ ਦੇਣਾ ਪੈਣਾ ਪੁਲਿਸ ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰਦਾ ਵੀ ਸੱਚ ਦੇ ਪਾਤਰ ਬਣ ਕੇ ਸੱਚਾਈ ਦਾ ਸਾਥ ਦਿਓ ਇਹ ਜਗ੍ਹਾ ਨਾਲ ਨਹੀਂ ਜਾਣੀ ਸਾਡੇ ਬਿਲਕੁਲ ਬਿਲਕੁਲ ਜਥੇਬੰਦੀ ਆਉਣ ਫੈਸਲਾ ਹੋ ਜੂਗਾ ਜੇ ਕਹੇ ਪੁਲਿਸ ਵੀ ਅਸੀਂ ਧੱਕਾ ਕਰ ਲਾਂਗੇ ਇਹ ਕਦੇ ਵੀ ਨਹੀਂ ਹੋਊਗਾ ਪੁਲਿਸ ਨੂੰ ਅਸੀਂ ਖੁੱਲੀ ਛੁੱਟੀ ਦਿੰਦੇ ਹਾਂ ਵੀ ਜੇ ਤਾਂ ਤੁਸੀਂ ਬਹਿ ਕੇ ਗੱਲ ਕਰ ਸਕਦੇ ਹਾਂ ਬਹਿ ਕੇ ਗੱਲ ਕਰੋ ਦੇਖੋ ਤੁਹਾਡੇ ਨਾਲ ਸਾਡੀ ਕੋਈ ਲੜਾਈ ਨਹੀਂ ਤੁਸੀਂ ਆਪਣੀ ਡਿਊਟੀ ਕਰਦੇ ਹੋ ਅਸੀਂ ਆਪਣੀ ਕਰਦੇ ਹਾਂ ਪਰ ਅਸੀਂ ਕਿਸੇ ਦੀ ਗਿੱਦੜ ਧਮਕੀ ਤੋਂ ਨਹੀਂ ਡਰਨ ਵਾਲੇ ਹੈਗੇ ਪਰ ਅਸੀਂ ਸੰਗਤ ਨੂੰ ਵੀ ਇਹ ਕਹਿੰਦੇ ਹਾਂ ਵੀ ਅੱਜ ਤੁਸੀਂ ਸੱਚਾਈ ਦਾ ਸਾਥ ਦਿਓ ਇਸ ਕਰਕੇ ਬੇਨਤੀ ਆ ਸੁਲਤਾਨਪੁਰ ਦੀ ਧਰਤੀ ਤੇ ਵੱਧ ਤੋਂ ਵੱਧ ਫੌਜ ਪਹੁੰਚੇ